ਗੁਰਦਾਸ ਮਾਨ ਦੀ ਫਿਲਮ ਨਨਕਾਣਾ ਅੱਜ ਰਿਲੀਜ਼ ਹੋ ਚੁੱਕੀ ਹੈ। ਪਹਿਲਾ ਸ਼ੋਅ ਜੋ ਲੋਕ ਦੇਖਣ ਆਏ ਸੀ ਉਹਨਾਂ ਤੋਂ ਜਾਣਦੇ ਆ ਕਿ ਇਹ ਫਿਲਮ ਕਿੱਦਾਂ ਦੀ ਹੈ, ਕਿਉਂਕਿ ਇਸ ਫਿਲਮ ਨੂੰ ਜਿੱਥੇ ਲੈ ਕੇ ਗੁਰਦਾਸ ਮਾਨ ਨੂੰ ਫਿਲਮ ਤੋਂ ਉਮੀਦਾਂ ਸਨ, ਉੱਥੇ ਜੋ ਉਹਨਾਂ ਦੇ ਚਾਹੁਣ ਵਾਲੇ ਨੇ, ਉਹਨਾਂ ਦੇ ਫੈਨਸ ਨੇ, ਉਹਨਾਂ ਨੂੰ ਵੀ ਕਾਫੀ ਉਮੀਦਾਂ ਸੀ, ਪਰ ਸ਼ਾਇਦ ਉਹਨਾਂ ਦੀਆਂ ਜੋ ਉਮੀਦਾਂ ਨੇ ਉਹ ਪੂਰੀਆਂ ਨਹੀਂ ਹੋਈਆਂ। ਜੋ ਪੰਜਾਬੀ ਫਿਲਮ ਗੁਰਦਾਸ ਮਾਨ ਸਾਹਿਬ ਦੀ ਆਈ ਹੈ ਉਹ ਉਮੀਦਾਂ 'ਤੇ ਖਰੀ ਨਹੀਂ ਉਤਰੀ। ਸਾਰੇ ਹਾਲ ਦੇ ਵਿੱਚ ਵੱਧ ਤੋਂ ਵੱਧ ਮੈਕਸੀਮਮ ਕਹਿ ਲਓ ਕਿ 20 ਕੁ ਜਾਣੇ ਹੈਗੇ ਸੀ। ਇਹਨਾਂ ਚੀਜ਼ਾਂ ਤਾਂ ਨਹੀਂ ਪਸੰਦ ਕਰਕੇ ਜ਼ਿਆਦਾਤਰ ਮੂਵੀ ਵੇਖਣ ਯੂਥ ਆਉਂਦਾ ਆ, ਅਤੇ ਉਹ ਯੂਥ ਇਸ ਲਈ ਪਸੰਦ ਨਹੀਂ ਕਰਦਾ ਕਿ ਉਹ ਸਾਰੇ ਇੰਟਰਟੇਨਮੈਂਟ ਦੇ ਲਈ ਪਸੰਦ ਕਰਦਾ। ਇਹ ਫਿਲਮ ਥੋੜ੍ਹਾ ਸਟੋਰੀ ਬੇਸ ਸੀਗੀ ਤਾਂ ਕਰਕੇ ਇਹਨੂੰ ਵੇਖਣ ਵਾਸਤੇ ਥੋੜ੍ਹੇ ਜਾਣੇ ਆ ਰਹੇ ਨੇ। ਜਿਹੜੀ ਫਿਲਮ ਨਨਕਾਣਾ ਹੈ, ਜਿੰਨੀ ਕੁ ਸਾਨੂੰ ਆਸ ਸੀ ਗੁਰਦਾਸ ਮਾਨ ਜੀ 'ਤੇ, ਉਹ ਆਪਣੀ ਇਸ ਵਾਰ ਆਸਾਂ ਦੇ ਉੱਪਰ ਖਰੇ ਨਹੀਂ ਉਤਰੇ ਨੇ। ਪਹਿਲਾਂ ਇਹ ਸੋਚਿਆ ਫਿਲਮ ਨਹੀਂ ਵੇਖਣੀ, ਪਰ ਮੇਰੇ ਫਰੈਂਡਸ ਨੇ ਕਿਹਾ ਚਲੋ ਵੇਖ ਕੇ ਆਉਂਦੇ ਹਾਂ। ਗੁਰਦਾਸ ਮਾਨ ਜੀ ਦੀ ਜਿਹੜੀ ਫਿਲਮ ਆਈ ਹੈ ਨਨਕਾਣਾ, ਉਹ ਇੱਕ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਗੈਦਰਿੰਗ ਨਹੀਂ ਸੀ, ਇੱਥੋਂ ਪਤਾ ਲੱਗਦਾ ਕਿ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਗੁਰਦਾਸ ਮਾਨ ਦੀ ਮੋਸਟ ਅਵੇਟਡ ਮੂਵੀ ਨਨਕਾਣਾ ਜੋ ਅੱਜ ਰਿਲੀਜ਼ ਹੋਈ ਹੈ, ਫਿਲਮ ਦਾ ਪਹਿਲਾ ਸ਼ੋਅ ਦੇਖ ਕੇ ਅਸੀਂ ਵੀ ਬਾਹਰ ਆਏ ਹਾਂ। ਸਾਡੇ ਨਾਲ 15 ਤੋਂ 20 ਲੋਕ ਉਸ ਥੀਏਟਰ ਦੇ ਵਿੱਚ ਮੌਜੂਦ ਸਨ। ਹਾਲਾਂਕਿ ਉਮੀਦਾਂ ਬਹੁਤ ਸਨ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਗੁਰਦਾਸ ਮਾਨ ਦੀ ਫਿਲਮ ਨੂੰ ਦੇਖਣ ਆਉਣਗੇ, ਕਿਉਂਕਿ ਗੁਰਦਾਸ ਮਾਨ ਤੋਂ ਇਲਾਵਾ ਉਹਨਾਂ ਦੇ ਫੈਨਸ ਨੂੰ ਵੀ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਮੀਦਾਂ ਸਨ। ਔਰ ਇਹ ਕਿਹਾ ਜਾ ਰਿਹਾ ਸੀ ਕਿ ਫਿਲਮ ਕਾਫੀ ਦੇਰ ਬਾਅਦ ਆ ਰਹੀ ਹੈ ਔਰ ਇਸ ਮੂਵੀ ਨੂੰ ਕਾਫੀ ਹੁੰਗਾਰਾ ਮਿਲੇਗਾ, ਪਰ ਜੋ ਅਸੀਂ ਹੁਣ ਤੱਕ ਦੇਖਿਆ ਔਰ ਲੋਕਾਂ ਦੇ ਨਾਲ ਗੱਲਬਾਤ ਕੀਤੀ, ਹਾਲਾਂਕਿ ਲੋਕਾਂ ਦਾ ਕਹਿਣਾ ਕਿ ਸਟੋਰੀ ਜੋ ਹੈ ਉਹ ਬਹੁਤ ਵਧੀਆ, ਪਰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਖਾਮੀਆਂ ਵੀ ਨੇ, ਔਰ ਉਹਨਾਂ ਖਾਮੀਆਂ ਤੋਂ ਹੀ ਲੱਗਦਾ ਹੈ ਕਿ ਜੋ ਹੁਣ ਤੱਕ ਦਾ ਜੋ ਇਸ ਫਿਲਮ ਨੂੰ ਰਿਸਪੌਂਸ ਹੈ ਉਸ ਨੂੰ ਦੇਖ ਕੇ ਲੱਗਦਾ ਕਿ ਗੁਰਦਾਸ ਮਾਨ ਅਤੇ ਉਹਨਾਂ ਦੇ ਫੈਨਸ ਦੀਆਂ ਜੋ ਉਮੀਦਾਂ ਸਨ ਉਹਨਾਂ ਉਮੀਦਾਂ 'ਤੇ ਇਹ ਫਿਲਮ ਖਰੀ ਨਹੀਂ ਉਤਰੀ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਦੈਨਿਕ ਸਵੇਰਾ, ਅੰਮ੍ਰਿਤਸਰ।